ਜਿਹੜਾ ਸਰੋਪਾ ਆ, ਸਰੋਪੇ ਨੂੰ ਬਹੁਤ ਸਸਤਾ ਬਣਾ ਗਿਆ। ਸਰੋਪੇ ਦੀ ਕੋਈ ਕੀਮਤ ਹੀ ਨਹੀਂ ਰੱਖੀ। ਸਰੋਪੇ ਦੀ ਇੱਜ਼ਤ ਰੱਖਣੀ ਚਾਹੀਦੀ ਆ ਵੀ ਸਰੋਪੇ ਦਾ ਮਤਲਬ ਕੀ ਆ। ਅੱਜ ਕੱਲ੍ਹ ਅਸੀਂ ਸਰੋਪਾ ਸਾਰਿਆਂ ਨੂੰ ਦੇਈ ਜਾਂਦੇ ਹਾਂ। ਅਕਸਰ ਦੇਖਿਆ ਜਾਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚਣ ਵਾਲੀ ਕਿਸੇ ਵੀ ਪ੍ਰਸਿੱਧ ਸ਼ਖਸੀਅਤ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋ ਭਾਉ ਭੇਂਟ ਕੀਤਾ ਜਾਂਦਾ ਹੈ। ਫਿਰ ਭਾਵੇਂ ਉਹ ਕੋਈ ਸਿਆਸਤਦਾਨ ਹੋਵੇ, ਕੋਈ ਫਿਲਮੀ ਸਿਤਾਰਾ ਜਾਂ ਫਿਰ ਕੋਈ ਹੋਰ ਵੱਡੀ ਹਸਤੀ। ਹਾਲਾਂਕਿ ਸਿਰੋ ਭਾਉ ਭੇਂਟ ਕਰਨ ਨੂੰ ਇਹਨਾਂ ਹਸਤੀਆਂ ਦੇ ਸਨਮਾਨ ਵਜੋਂ ਦੇਖਿਆ ਜਾਂਦਾ ਹੈ, ਪਰ ਕੁਝ ਸਿੱਖ ਆਗੂਆਂ ਅਤੇ ਸੰਸਥਾਵਾਂ ਇਸ ਨੂੰ ਸਿਰੋ ਭਾਉ ਦਾ ਨਿਰਾਦਰ ਕਰਾਰ ਦਿੰਦੀਆਂ ਨੇ। ਹੁਣ ਇਸ ਮਾਮਲੇ 'ਤੇ ਕੌਮਾਂਤਰੀ ਸੰਸਥਾ ਖਾਲਸਾ ਏਡ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ। ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਖੁਦ ਮੰਗ ਪੱਤਰ ਸੌਂਪਣ ਸ਼੍ਰੀ ਅਕਾਲ ਤਖ਼ਤ ਸਾਹਿਬ ਪੁੱਜੇ, ਜਿਨ੍ਹਾਂ ਕਿਹਾ ਕਿ ਸਿਰੋ ਭਾਉ ਇੱਕ ਅਣਮੁੱਲੀ ਚੀਜ਼ ਹੈ ਜਿਸ ਨੂੰ ਹਰ ਕਿਸੇ ਨੂੰ ਨਹੀਂ ਭੇਟ ਕਰਨਾ ਚਾਹੀਦਾ। ਇਸ ਦੇ ਨਾਲ ਹੀ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰਲੇ ਮੁਲਕਾਂ ਵਿੱਚ ਬੈਠੇ ਵਿਦਿਆਰਥੀਆਂ ਦੀ ਮਦਦ ਲਈ ਕੌਮ ਦੇ ਨਾਲ ਸੰਦੇਸ਼ ਜਾਰੀ ਕਰਨ ਦੀ ਮੰਗ ਵੀ ਕੀਤੀ। ਪੰਜਾਬ ਦੇ ਬਹੁਤ ਮਸਲੇ ਆ ਅਤੇ ਅਸੀਂ ਹੁਣ ਇੱਧਰ ਪੰਜਾਬ ਜਿਹੜਾ ਪੈਰ ਪਾਇਆ ਵੀ ਅਸੀਂ ਕੀ ਕਰ ਸਕਦੇ ਇਕੱਠੇ ਹੋ ਕੇ। ਅਤੇ ਜਸੇ ਜਸੇਦਾਰ ਸਾਹਿਬ ਨਾਲ ਵੀ ਮੀਟਿੰਗ ਹੋਈ ਆ ਭਈ ਪੰਜਾਬ ਦੇ ਸਾਨੂੰ ਦੁੱਖ ਆ, ਬਾਹਰ ਬੈਠਿਆਂ ਨੂੰ ਬਹੁਤ ਸਾਰੀ ਕੌਮ ਨੂੰ ਦੁੱਖ ਆ ਭਈ ਪੰਜਾਬ ਕਿੱਥੇ ਜਾ ਰਿਹਾ, ਪੰਜਾਬ ਦੀ ਪੀੜ੍ਹੀ ਕਿੱਥੇ ਜਾ ਰਹੀ ਆ। ਅਤੇ ਦੋ ਤਿੰਨ ਮਸਲੇ ਵੀ ਜਿਹੜੇ ਭਈ ਰੇਜ਼ ਕੀਤੇ, ਜਿਹੜੇ ਮੇਨ ਹੈਗੇ ਆ ਭਈ ਜਿਹੜੇ ਭਈ ਅੱਜ ਕੱਲ੍ਹ ਸਟੂਡੈਂਟ ਜਿਹੜੇ ਬਾਹਰ ਗਏ ਪੰਜਾਬੀਆਂ ਦੇ, ਸਿੱਖਾਂ ਦੇ ਸਟੂਡੈਂਟ, ਪੰਜਾਬ ਦੇ ਸਟੂਡੈਂਟ, ਉਹ ਬਹੁਤ ਮਹਿਸੂਸ ਕਰਦੇ ਅਸੀਂ ਇਕੱਲੇ ਹੀ ਹਾਂ ਦੇਸਾਂ ਪ੍ਰਦੇਸਾਂ, ਸਾਨੂੰ ਕੋਈ ਸਪੋਰਟ ਨਹੀਂ ਮਿਲਦਾ, ਉੱਥੇ ਧੱਕੇ ਖਾ ਰਹੇ ਆ ਬਾਹਰ ਦੇਸਾਂ ਪ੍ਰਦੇਸਾਂ ਜਾ ਕੇ। ਸੋ ਅਸੀਂ ਇਹੀ ਬੇਨਤੀ ਕੀਤੀ ਆ ਜਸੇਦਾਰ ਸਾਹਿਬ ਨੂੰ ਭਾਈ ਇੱਕ ਸੰਦੇਸ਼ ਦੇਣ ਭਾਈ ਜਿਹੜੇ ਭਾਈ ਸਟੂਡੈਂਟ ਬਾਹਰ ਬੈਠੇ ਆ ਪੰਜਾਬ ਤੋਂ, ਉਹਨੂੰ ਫੁੱਲ ਸਪੋਰਟ ਦਿੱਤਾ ਜਾਵੇ ਬਾਹਰਲੀ ਕਮਿਊਨਿਟੀ, ਸਿੱਖ ਕਮਿਊਨਿਟੀ, ਪੰਜਾਬ ਕਮਿਊਨਿਟੀ, ਜਿਹੜੇ ਮਰਜ਼ੀ ਧਰਮ ਹੋਣ, ਪੰਜਾਬੀਆਂ ਦੇ ਸਟੂਡੈਂਟ ਨੂੰ ਬਿਲਕੁਲ ਸਪੋਰਟ ਦੇਣਾ ਚਾਹੀਦਾ ਕਿ ਉਹ ਇਕੱਲੇ ਮਹਿਸੂਸ ਹੋ ਰਹੇ ਆ। ਅਤੇ ਕਾਫੀ ਇੱਕ ਜਿਹੜਾ ਅੱਖਰ ਸਟੂਡੈਂਟ ਆ ਉਹ ਗੰਦਾ ਅੱਖਰ ਬਣਾ ਕੇ ਰੱਖਿਆ ਅਸੀਂ ਉੱਥੇ ਬਾਹਰ ਦੇਸ਼ਾਂ ਪ੍ਰਦੇਸਾਂ ਵਿੱਚ। ਸਟੂਡੈਂਟ ਸਾਡੇ ਆਪਣੇ ਬੱਚੇ ਆ, ਮਜ਼ਬੂਰੀਆਂ ਨਾਲ ਬਾਹਰ ਗਏ ਆ, ਉਹਨੂੰ ਬਹੁਤ ਸਪੋਰਟ ਦੇਣਾ ਚਾਹੀਦਾ ਉੱਥੇ ਜਾ ਕੇ ਜਿੱਥੇ ਵੀ ਹੈਗੇ ਆ। ਅਤੇ ਦੂਜਾ ਮਸਲਾ ਸੀਗਾ ਭਈ ਜਿਹੜਾ ਸਰੋਪਾ ਆ, ਸਰੋਪੇ ਨੂੰ ਬਹੁਤ ਸਸਤਾ ਬਣਾ ਗਿਆ। ਸਰੋਪੇ ਦੀ ਕੋਈ ਕੀਮਤ ਹੀ ਰੱਖੀ। ਸਰੋਪੇ ਦੀ ਇੱਜ਼ਤ ਰੱਖਣੀ ਚਾਹੀਦੀ ਆ ਵੀ ਸਰੋਪੇ ਦਾ ਮਤਲਬ ਕੀ ਆ। ਅੱਜ ਕੱਲ੍ਹ ਅਸੀਂ ਸਰੋਪਾ ਸਾਰਿਆਂ ਨੂੰ ਦੇਈ ਜਾਂਦੇ ਹਾਂ ਅਤੇ ਉਹ ਮੁੜ ਕੇ ਸਾਨੂੰ ਸੋਚਣਾ ਪੈਣਾ ਭਈ ਕਿੱਥੇ ਪਹੁੰਚ ਗਏ ਅਸੀਂ, ਕਿੱਥੇ ਆਏ ਹਾਂ। ਵੀ ਸਰੋਪਾ ਉਹਨੂੰ ਦੇਣਾ ਚਾਹੀਦਾ ਜਿਹੜੇ ਭਈ ਕੁਛ ਕਰ ਰਹੇ, ਚੜ੍ਹਦੀ ਕਲਾ ਇਹਦੀ ਭਈ ਕੋਈ ਵੀ ਜਿਹੜਾ ਆ ਗਿਆ ਉਹਨੂੰ ਸਰੋਪਾ ਦੇ ਦਿੱਤਾ ਅਤੇ ਮੁੜ ਕੇ ਰੀਇੰਟਰੋਡਿਊਸ ਕਰੋ ਸਰੋਪੇ ਦੀ ਮੀਨਿੰਗ ਕੀ ਆ, ਮਤਲਬ ਕੀ ਆ। ਅਤੇ ਤੁਹਾਡਾ ਬਹੁਤ ਧੰਨਵਾਦ ਜੀ ਸਪੋਰਟ ਦਿੱਤਾ। ਇਸ ਦੌਰਾਨ ਭਾਈ ਰਵੀ ਸਿੰਘ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ। ਭਾਈ ਰਵੀ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵਾਅਦਾ ਕੀਤਾ ਕਿ ਆਉਂਦੇ ਸਾਲ ਤੋਂ ਖਾਲਸਾ ਏਡ ਦੀ ਵੈਬਸਾਈਟ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਪਬਲਿਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਨਸ਼ਾ ਖਤਮ ਕਰਨ ਲਈ ਸਾਂਝੇ ਤੌਰ 'ਤੇ ਹੰਬਲਾ ਮਾਰਨ ਦੀ ਅਪੀਲ ਵੀ ਕੀਤੀ ਹੈ। ਨਸ਼ਿਆਂ ਦੀ ਤਾਂ ਜਿਹੜੀ ਫੀਮੇਲ ਦੀ ਪ੍ਰੋਬਲਮ ਹੈ ਉਹ ਤਾਂ ਬਸ ਸਰਕਾਰ ਰੋਕ ਸਕਦੀ, ਕਿਉਂਕਿ ਪ੍ਰੋਬਲਮ ਬਹੁਤ ਵੱਡੀ ਆ, ਕੋਈ ਇਕੱਲੀ ਜਥੇਬੰਦੀ ਕਰ ਨਹੀਂ ਸਕਦੀ। ਸਾਡੀ ਅਪੀਲ ਇਹੀ ਆ ਸਾਰੀ ਸੰਗਤ ਨੂੰ, ਜਿਹੜੀ ਪਿੰਡਾਂ ਵਿੱਚ ਆ, ਸ਼ਹਿਰਾਂ ਵਿੱਚ ਆ, ਤੁਸੀਂ ਕਦਮ ਚੱਕੋ, ਪਰ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਰੋਲ ਆ। ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਇਸ ਵੇਲੇ ਆਰਥਿਕ ਮੰਦੀ ਦਾ ਇੱਕ ਦੌਰ ਛਾਇਆ ਹੋਇਆ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਖਾਲਸਾ ਏਡ ਵਿਦੇਸ਼ਾਂ 'ਚ ਲੰਗਰ ਲਾ ਰਹੀ ਹੈ। ਹਾਂਜੀ ਹਾਂਜੀ, ਨਹੀਂ ਉਹ ਤਾਂ ਠੀਕ ਹੈ। ਸਾਡੀ ਜਿਹੜੀ ਵੀ ਪ੍ਰੋਬਲਮ ਚੱਲ ਰਿਹਾ, ਹੁਣ ਹੜ੍ਹ ਆਇਆ ਸੀਗਾ, ਹੜ੍ਹ ਦੇ ਵਿੱਚ ਆਲਮੋਸਟ 1.6-1.7 ਬਿਲੀਅਨ ਪਾਉਂਡ ਜਿਹੜਾ ਇਕੱਠਾ ਹੋਇਆ ਪੰਜਾਬ ਦੇ ਕਿਸਾਨਾਂ ਦੇ, ਪੰਜਾਬ ਵਾਲੇ। ਅਸੀਂ ਇਸ ਵੇਲੇ ਤੱਕ 10,000 ਪੰਜਾਬ ਕਿਸਾਨਾਂ ਦੀ ਮਦਦ ਕਰ ਚੁੱਕੇ ਹਾਂ, ਟਰੈਕਟਰ ਦੇ ਰਹੇ ਹਾਂ, ਮੱਝਾਂ ਦਿੱਤੀਆਂ,
1500 ਟਨ ਦਾ ਦੂਜਾ ਖਾਦ ਦਿੱਤੀ ਆ, ਬੀਜ ਦਿੱਤੇ ਆ। ਹੁਣ ਸਾਡਾ ਭਾਈ ਖਾਲਸਾ ਏਡ ਦਾ ਫੋਕਸ ਬਸ ਪੰਜਾਬ ਦੇ ਕਿਸਾਨਾਂ ਨਾਲ ਬਿਲਕੁਲ ਜੁੜਿਆ ਆ ਪਿਛਲੇ ਤਿੰਨ ਚਾਰ ਮਹੀਨੇ ਤੋਂ, ਅਤੇ ਜੁੜਿਆ ਰਹੂਗਾ। ਸੋ ਬਿਲਕੁਲ ਠੀਕ ਆ, ਪਰ ਲੰਗਰ ਇਹ ਨਹੀਂ ਭਾਈ ਕੋਈ ਬਾਹਰ ਬੈਠਾ ਕੋਈ ਇੱਥੇ ਬੈਠਾ, ਲੰਗਰ ਜਿੱਥੇ ਲੋੜ ਆ ਉੱਥੇ ਵਰਤੇ ਉੱਥੇ ਵਰਤਾਏ ਜਾਂਦੇ ਆ। ਨਾ ਕਿ ਸਾਨੂੰ ਕੋਈ ਮੁਸਲਮਾਨ ਦਿਸਦਾ, ਨਾ ਕੋਈ ਹਿੰਦੂ, ਨਾ ਕੋਈ ਈਸਾਈ, ਸਾਨੂੰ ਬਸ ਇਨਸਾਨ ਦਿਸਦੇ ਆ, ਪੰਜਾਬ ਹੋਵੇ ਜਾਂ ਸਿਰੇ ਦੇ ਬੋਰਡਰ 'ਤੇ ਹੋਵੇ। ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਜਿਹੜੇ ਯਤਨ ਚੱਲ ਰਹੇ ਨੇ, ਖਾਲਸਾ ਏਡ ਉਹਦੇ 'ਚ ਕੁਛ ਮਦਦ ਕਰੇਗੀ? ਖਾਲਸਾ ਦੇ ਵਿੱਚ ਇਹਦੇ ਕਾਇਮ ਚੱਕਿਆ ਨਹੀਂ ਗਿਆ, ਕਿਉਂਕਿ ਬਹੁਤ ਜਥੇਬੰਦੀਆਂ ਕਰ ਰਹੀਆਂ। ਜੇ ਕੋਈ ਜਥੇਬੰਦੀ ਤੁਹਾਨੂੰ ਚਿੱਠੀ ਪਾਊਗੀ ਕੋਈ ਲੋੜ ਆ, ਅਸੀਂ ਕਾਨੂੰਨੀ ਤੌਰ 'ਤੇ ਬਿਲਕੁਲ ਮਦਦ ਕਰਾਂਗੇ। ਰਵੀ ਜੀ, ਇੱਕ ਚੀਜ਼ ਆ ਕਿ ਤੁਹਾਡੇ ਕੋਲ ਬਹੁਤ ਵਧੀਆ ਪਲੇਟਫਾਰਮ ਆ ਜਿਹੜਾ ਕਿ ਪੰਜਾਬੀ ਭਾਸ਼ਾ ਨੂੰ ਅੱਗੇ ਪ੍ਰਮੋਟ ਕਰਨ ਦਾ। ਤੁਸੀਂ ਜਿਹੜਾ ਵੀ ਪ੍ਰਚਾਰ ਕਰਦੇ ਹੋ ਜਾਂ ਜੋ ਕੁਛ ਵੀ ਲਿਟਰੇਚਰ ਵੰਡਦੇ ਹੋ ਪੰਜਾਬੀ 'ਚ ਵੀ ਵੰਡੋ, ਅਤੇ ਇੰਟਰਨੈਸ਼ਨਲੀ ਤੁਸੀਂ ਇਸ ਆਪਣੀ ਭਾਸ਼ਾ ਨੂੰ ਬਹੁਤ ਉੱਪਰ ਚੜ੍ਹਾ ਸਕਦੇ ਹੋ ਜੇ ਤੁਸੀਂ ਖਾਲਸਾ ਏਡ ਦਾ ਨਾਂ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਪੰਜਾਬੀ ਦੇ ਵਿੱਚ ਉੱਪਰ ਲਿਖੋ, ਅਤੇ ਬਾਕੀ ਜਿਹੜੀ ਵੀ ਭਾਸ਼ਾ ਸਪੈਨਿਸ਼ ਹੋਇਆ ਜਾਂ ਪਰਸ਼ੀਅਨ ਹੋਇਆ ਜਾਂ ਜੋ ਕੁਛ ਵੀ ਹੋਇਆ ਉਹ ਉਸ ਤਰ੍ਹਾਂ ਦੇ ਨਾਲ, ਇਹ ਸਾਡੀ ਬੇਨਤੀ ਹੈ ਜੀ। ਉਹ ਤਾਂ ਕਰਾਂਗੇ, ਪਰ ਸਾਡੇ ਪੰਜਾਬ ਦੇ ਵੀ ਲੋਕ ਜਿਹੜੇ ਆ, ਪੰਜਾਬ ਦੀ ਸਰਕਾਰ ਲੋਕ ਆ, ਜਿਹੜੇ ਅਫੀਸ਼ਲ ਆ, ਪਹਿਲਾਂ ਪੰਜਾਬ ਦੀ ਬੋਲੀ ਪੰਜਾਬੀ ਹੋਣੀ ਚਾਹੀਦੀ ਆ, ਪਰ ਇਹ ਕਿਸਮਤ ਮਾੜੀ ਸਾਡੀ ਆ ਭਾਈ ਇਹ ਨਹੀਂ ਗੱਲ ਕਈ ਥਾਵਾਂ 'ਤੇ। ਸੋ ਪਹਿਲਾਂ ਆਪਣੇ ਘਰੋਂ ਸ਼ੁਰੂ ਕਰੋ, ਅਤੇ ਦੁਨੀਆ 'ਤੇ ਅਸੀਂ ਹੁਣ ਜਿਹੜੀ ਸਾਡੀ ਵੈਬਸਾਈਟ ਬਣੂਗੀ ਅਗਲੇ ਸਾਲ ਉਹ ਪੰਜਾਬੀ 'ਚ ਅੰਗਰੇਜ਼ੀ 'ਚ ਹੋਗੀ ਖਾਲਸਾ ਏਡ ਦੀ, ਅਸੀਂ ਤੁਹਾਨੂੰ ਵਾਅਦਾ ਕਰਦੇ ਹਾਂ ਅਗਲੇ ਸਾਲ ਤੋਂ ਸਾਡੀ ਜਿਹੜੀ ਖਾਲਸਾ ਦੀ ਵੈਬਸਾਈਟ ਦੋਨੇ ਬੋਲੀਆਂ 'ਚ ਹੋਊਗੀ। ਦੱਸ ਦਈਏ ਕਿ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਇਹਨੀ ਦਿਨੀ ਪੰਜਾਬ ਆਏ ਹੋਏ ਨੇ, ਅਤੇ ਉਹ ਪੰਜਾਬ ਆਉਣ ਤੋਂ ਪਹਿਲਾਂ ਵੀ ਹਰ ਇੱਕ ਨੂੰ ਸਿਰੋਪਾਓ ਦੇਣ ਦਾ ਮੁੱਦਾ ਕਈ ਵਾਰ ਖੜਾ ਕਰ ਚੁੱਕੇ ਨੇ। ਅਜਿਹੇ ਵਿੱਚ ਹੁਣ ਜਦੋਂ ਸ਼੍ਰੀ ਦਰਬਾਰ ਸਾਹਿਬ ਪਹੁੰਚੀ ਕਿਸੇ ਵੀ ਹਸਤੀ ਨੂੰ ਸਿਰੋਪਾਓ ਦੇਣ ਦਾ ਰਿਵਾਜ ਬਣ ਗਿਆ। ਦੇਖਣਾ ਹੋਵੇਗਾ ਕਿ ਭਾਈ ਰਵੀ ਸਿੰਘ ਦੀ ਇਸ ਮੰਗ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਜਾਂ ਫਿਰ ਨਹੀਂ, ਕਿਉਂਕਿ ਇਕੱਲੇ ਭਾਈ ਰਵੀ ਸਿੰਘ ਹੀ ਨਹੀਂ, ਸਿੱਖ ਬੁੱਧੀਜੀਵੀ ਵੀ ਕਿਸੇ ਨੂੰ ਵੀ ਸਿਰੋਪਾਓ ਦੇਣ ਦਾ ਵਿਰੋਧ ਲੰਮੇ ਸਮੇਂ ਤੋਂ ਕਰਦੇ ਆ ਰਹੇ ਨੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ।